ਅਕਾਲੀ ਦਲ ਤਾਂ ਚਾਹੁੰਦੇ ਵੀ ਉਹਨਾਂ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਨਾ ਆਵੇ। ਅਕਾਲੀ ਦਲ ਨਹੀਂ ਚਾਹੁੰਦਾ ਵੀ ਉਹ ਲੋਕ ਪਕੜੇ ਜਾਣ ਜਿਨ੍ਹਾਂ ਨੇ ਬੇਅਦਬੀ ਕਰਵਾਈ ਸੀਗੀ। ਜੇ ਕਿਤੇ ਰਾਜਨੀਤਿਕ ਮਕਸਦ ਹੁੰਦਾ ਹੈ ਸਾਰੇ ਮਸਲੇ ਦਾ ਤਾਂ ਹੁਣ ਤਾਂ ਇਹ ਰਿਪੋਰਟ ਵੀ ਬਾਹਰ ਆਈ ਹੁੰਦੀ। ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਸਾਡੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਜੀ। ਜਾਖੜ ਸਾਹਿਬ, ਕੀ ਮੰਗ ਪੱਤਰ ਤੁਸੀਂ ਸੌਂਪੇ, ਕਿਉਂਕਿ ਅਕਾਲੀ ਦਲ ਚਾਹੁੰਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਦੂਜੇ ਰਾਜ? ਅਕਾਲੀ ਦਲ ਤਾਂ ਚਾਹੁੰਦੇ ਵੀ ਉਹਨਾਂ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਨਾ ਆਵੇ। ਸਾਡੀ ਮੰਗ ਹੈ ਵੀ ਜਾਂਚ, ਪੰਜਾਬ ਦੇ ਲੋਕ ਆਲਰੇਡੀ 3.5-4 ਸਾਲ ਤੋਂ ਇੰਤਜ਼ਾਰ ਕਰ ਰਹੇ ਵੀ ਜਿਨ੍ਹਾਂ ਨੇ ਆਹ ਮਾੜਾ ਪਾਪ ਕੀਤਾ ਉਹ ਲੋਕ ਸਾਹਮਣੇ ਲਿਆਏ ਜਾਣ, ਉਹਨਾਂ ਨੂੰ ਕਾਨੂੰਨੀ ਸਜ਼ਾ ਮਿਲੇ। ਅਕਾਲੀ ਦਲ ਤੋਂ ਮੇਰਾ ਇੱਕ ਸਵਾਲ ਹੈ, ਛੱਡੋ ਇਲੈਕਸ਼ਨ ਕਮਿਸ਼ਨ ਨੂੰ ਪਾਸੇ, ਕੀ ਅਕਾਲੀ ਦਲ ਨਹੀਂ ਚਾਹੁੰਦਾ ਵੀ ਉਹ ਲੋਕ ਪਕੜੇ ਜਾਣ ਜਿਨ੍ਹਾਂ ਨੇ ਬੇਅਦਬੀ ਕਰਵਾਈ ਸੀਗੀ? ਕੀ ਅਕਾਲੀ ਦਲ ਨਹੀਂ ਚਾਹੁੰਦਾ ਵੀ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਕਰਕੇ ਨਿਹੱਥੇ ਸਿੰਘਾਂ ਦੇ ਉੱਤੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਚੰਡੀਗੜ੍ਹ 'ਚ ਬੈਠ ਕੇ, ਉਹ ਨਾ ਪਕੜੇ ਜਾਣ? ਕੀ ਅਕਾਲੀ ਦਲ ਆਹ ਚਾਹੁੰਦਾ ਵੀ ਨਾ ਪਕੜੇ ਜਾਣ ਲੋਕਾਂ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸੀਗਾ ਵੀ ਇਹਨਾਂ ਨੂੰ ਪੰਚੋਂ ਛੇਕਿਆ ਗਿਆ, ਉਸ ਬੰਦੇ ਦੇ ਨਾਲ ਨੋਟਾਂ ਦੇ ਵੋਟਾਂ ਦੀ ਸਾਂਠ ਗਾਂਠ ਕਰਕੇ ਅਤੇ ਉਹਨੂੰ ਵਾਪਸ ਪੰਥ 'ਚ ਲੈ ਕੇ ਆਏ? ਸਾਡਾ ਤਾਂ ਵੀ ਉਹ ਲੋਕ ਉਹਨਾਂ ਦਾ ਚਿਹਰਾ ਸਾਹਮਣੇ ਆਵੇ। ਬਹੁਤ ਦੇਰ ਹੋ ਗਈ, 3.5-4 ਸਾਲ ਹੋ ਗਏ, ਹੋਰ ਦੇਰ ਨਾ ਆਵੇ। ਵਰਕ ਜਿਹੜੇ ਉੱਥੇ ਹੈਗੇ ਉਸ 'ਚ SIT ਦੇ ਅੰਦਰ ਆਫਿਸਰ ਸਾਹਿਬਾਨ, ਇਸ ਇਲੈਕਸ਼ਨ ਕਮਿਸ਼ਨ ਦਾ ਨਾਂ ਲੈ ਕੇ ਉਹਨਾਂ ਦਾ ਹੌਸਲਾ ਮੋਰੈਲ ਡਾਊਨ ਕਰਨਾ ਚਾਹੁੰਦੇ ਹੈ। ਦੇ ਵਾਂਟ ਟੂ ਡਿਸਕਰੇਜ ਦੈਮ। ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਜਾਂਚ ਕਰਨ ਦਿਓ, ਨਿਆਇਕ ਤਰੀਕੇ ਨਾਲ ਹੋ ਰਹੀ ਹੈ। ਜੇ ਕਿਤੇ ਰਾਜਨੀਤਿਕ ਮਕਸਦ ਹੁੰਦਾ ਹੈ ਸਾਰੇ ਮਸਲੇ ਦਾ ਤਾਂ ਹੁਣ ਤਾਂ ਇਹ ਰਿਪੋਰਟ ਵੀ ਬਾਹਰ ਆਈ ਹੁੰਦੀ ਅਤੇ ਰਾਜਨੀਤਿਕਾਂ ਦਾ ਜੋ ਵੀ ਸਲਾਹ ਹੋਣਾ ਸੀਗਾ, ਪਰ ਨਹੀਂ, ਲੋਕ ਸੱਚਾਈ ਚਾਹੁੰਦੇ ਆ, ਅਸੀਂ ਸੱਚਾਈ ਵਾਸਤੇ ਖੜ੍ਹਾ, ਨਿਆਏ ਵਾਸਤੇ ਹੈ। ਜਾਂਚ ਕਿੱਥੇ ਪਹੁੰਚੀ ਜਾਖੜ ਸਾਹਿਬ? ਉਹ SIT ਦੱਸੂਗੀ, ਸਾਡਾ ਤਾਂ ਇਹ ਵੀ SIT ਨੂੰ ਆਪਣਾ ਕੰਮ ਕੀਤਾ ਦੇਣਾ ਚਾਹੀਦਾ। ਜੇ ਮੇਰਾ ਤਾਂ ਅਕਾਲੀ ਦਲ ਨੂੰ ਇੱਕ ਹੋਰ ਮੇਰੀ ਬੇਨਤੀ ਹੈ, ਉਹਨਾਂ ਦੀ ਭਾਈਵਾਲ ਸਰਕਾਰ ਬੈਠੀ ਹੈ ਹਰਿਆਣੇ ਦੇ ਵਿੱਚ, ਅਤੇ ਜੇ ਹਰਿਆਣੇ ਦੀ ਸਰਕਾਰ ਨੂੰ ਕਹਿ ਦੇਣ ਚੀਫ ਮਿਨਿਸਟਰ ਨੂੰ, ਅਤੇ ਜਿਹੜੀ ਜਾਂਚ ਉੱਥੇ ਸੁਨਾਰੀਆ ਜੇਲ੍ਹ 'ਚ ਹੋਣੀ, ਉਹ ਕਿਉਂ ਉਹਨੂੰ ਕਿਉਂ ਰੋਕੀ ਬੈਠੇ, ਉਹ ਵੀ ਛੇਤੀ ਕਰਵਾਈ ਜਾਵੇ ਤਾਂ ਕਿ ਇੱਕ ਮਸਲਾ ਖਤਮ ਹੋਏ, ਸੱਚਾਈ ਸਾਹਮਣੇ ਆਵੇ। ਧੰਨਵਾਦ। ਬਿਲਕੁਲ, ਇਹ ਸੀਗੇ ਸੁਨੀਲ ਜਾਖੜ, ਜਿਹੜੇ ਕਿ ਸਾਫ ਦੱਸ ਰਹੇ ਕਿ ਅੱਜ ਜਿਹੜੀ ਅੱਜ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਮੁਲਾਕਾਤ ਕੀਤੀ, ਇੱਕ ਮੰਗ ਪੱਤਰ ਸੌਂਪਿਆ ਕਿ ਅਕਾਲੀ ਦਲ ਜਾਣ ਬੁੱਝ ਕੇ ਇਸ ਮੁੱਦੇ ਨੂੰ ਲੈ ਕੇ ਗੁੰਮਰਾਹ ਕਰ ਰਹੇ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਇੱਕ ਇਮਾਨਦਾਰ ਅਫਸਰ ਹੈਗੇ, ਅਤੇ ਜਦੋਂ ਇਹ ਅਫਸਰ ਉਹਨਾਂ ਦੀ ਸਰਕਾਰ ਦੇ ਵੀ ਸੀਗਾ ਤਦ ਅਕਾਲੀ ਦਲ ਵੱਲੋਂ ਵੀ ਉਹਨਾਂ ਨੂੰ ਇਮਾਨਦਾਰੀ ਦਾ ਦਿੱਤਾ ਗਿਆ ਸੀ, ਤਾਂ ਅੱਜ ਜਦੋਂ SIT ਦੀ ਜਾਂਚ ਕਰ ਰਹੇ ਨੇ SIT ਉਹਨਾਂ ਦੇ ਮਾਮਲੇ ਦੇ ਉੱਤੇ, ਤਾਂ ਅੱਜ ਉਹ ਅਫਸਰ ਖਰਾਬ ਹੋ ਗਿਆ। ਇਸੇ ਨੂੰ ਲੈ ਕੇ ਜਨ ਵੱਲੋਂ ਮੰਗ ਕੀਤੀ ਗਈ ਇਲੈਕਸ਼ਨ ਕਮਿਸ਼ਨ ਨੂੰ ਕਿ ਇਸ ਅਫਸਰ ਦਾ ਤਬਾਦਲਾ ਨਾ ਕੀਤਾ ਜਾਵੇ, ਅਤੇ ਨਾਲ ਜਿਹੜਾ ਇਹਨਾਂ ਨੇ ਸੁਖਬੀਰ ਬਾਦਲ ਨੂੰ ਵੀ ਸਾਫ ਕਿਹਾ ਕਿ ਹੁਣ ਕਿਉਂ ਇਹਨਾਂ ਨੂੰ ਇਸ ਦੀ ਪਰੇਸ਼ਾਨੀ ਹੋ ਰਹੀ, ਕਿਉਂਕਿ ਸਿੱਟ ਵੱਲੋਂ ਜਿਹੜੀ ਜਾਂਚ ਹੈ ਉਹ ਆਖਰੀ ਦੌਰ 'ਤੇ ਹੈਗੀ ਹੈ, ਅਤੇ ਜਾਣ ਬੁੱਝ ਕੇ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਇੱਕ ਏਜੰਡਾ ਤਿਆਰ ਕਰ ਰਿਹਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ, ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਅਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ, ਅਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ, ਅਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।